प्यारे दोस्तों, मैं हां डॉक्टर अवतार सिंह, चीफ ऑर्थोपेडिक सर्जन अमनदीप ग्रुप ऑफ हॉस्पिटल्स। आज मैं तुहानू वर्ल्ड आर्थराइटिस डे दे बारे थोड़ी जानकारी देवांगा। अज 27वां वर्ल्ड आर्थराइटिस डे है। आर्थराइटिस का नाम तुम सारे ने सुनिया होना और थोड़ा थोड़ा आइडिया भी होना कि आर्थराइटिस की होंगे। बेसिकली आर्थराइटिस जिहड़ा ना वह जोड़ां दीआं दर्दां या जोड़ां दीआं सोजां, ਉਹਨੂੰ ਆਰਥਰਾਈਟਿਸ ਦਾ ਨਾਮ ਦਿੱਤਾ ਜਾਂਦਾ। ਨੋਰਮਲੀ ਸਾਡੇ ਜੁਆਇੰਟ ਦੇ ਵਿੱਚ ਜਿਹੜੀ ਹੈ ਨਾ ਉਹ ਕਾਰਟੀਲੇਜ ਹੁੰਦੀ ਹੈ ਹੱਡੀ ਦੇ ਸਿਰਿਆਂ ਦੇ ਉੱਪਰ। ਇਹਦੇ 'ਚ ਤੁਸੀਂ ਦੇਖ ਸਕਦੇ ਹੋ ਨੀਲੇ ਰੰਗ ਦੀ ਜਿਹੜੀ ਚੀਜ਼ ਹੈ, ਇਹ ਬੇਸਿਕਲੀ ਇੱਕ ਨਰਮ ਰਬੜ ਦੀ ਤਰ੍ਹਾਂ ਹੁੰਦੀ ਹੈ। ਬਿਮਾਰੀ ਦੇ ਨਾਲ ਇਹ ਕਾਰਟੀਲੇਜ ਘੱਸ ਜਾਂਦੀ ਹੈ ਔਰ ਹੱਡੀਆਂ ਜਿਹੜੀਆਂ ਨੇ ਆਪਸ 'ਚ ਰਗੜਨੀਆਂ ਸ਼ੁਰੂ ਕਰ ਦਿੰਦੀਆਂ ਔਰ ਮਰੀਜ਼ ਨੂੰ ਦਰਦ ਕਰਨੀ ਸ਼ੁਰੂ ਕਰ ਦਿੰਦੀਆਂ। ਔਰ ਘਸਣ ਤੋਂ ਬਾਅਦ ਜਦੋਂ ਇਹ ਕਾਰਟੀਲੇਜ ਘੱਸ ਜਾਵੇ ਤਾਂ ਫਿਰ ਜੋੜ ਜਿਹੜੇ ਨੇ ਇਸ ਤਰ੍ਹਾਂ ਅੰਦਰੋਂ ਹੱਡੀਆਂ ਵੱਧ ਜਾਂਦੀਆਂ। ਸੋ ਦਿਸ ਇਜ਼ ਨੋਨ ਐਜ਼ ਆਰਥਰਾਈਟਿਸ। ਆਰਥਰਾਈਟਿਸ ਦੇ ਬਹੁਤ ਸਾਰੇ ਕਾਰਨ ਹੁੰਦੇ ਆ। ਸਭ ਤੋਂ ਜ਼ਿਆਦਾ ਕਾਮਨ ਕਾਰਨ ਹੁੰਦਾ ਹੈ ਏਜ। ਜਿਉਂ ਜਿਉਂ ਅਸੀਂ ਬਜ਼ੁਰਗੀ 'ਚ ਪੈਰ ਰੱਖਦੇ ਹਾਂ, ਸਾਡੇ ਗੋਡੇ, ਗਿੱਟੇ ਜਾਂ ਮੋਢਿਆਂ ਦੇ ਜੋੜ ਜਿਹੜੇ ਨੇ ਉਹ ਘਸਣੇ ਸ਼ੁਰੂ ਹੋ ਜਾਂਦੇ ਔਰ ਸਾਨੂੰ ਦਰਦ ਕਰਨਾ ਸ਼ੁਰੂ ਕਰ ਦਿੰਦੇ। ਆਰਥਰਾਈਟਿਸ ਦੇ ਹੋਰ ਵੀ ਬਹੁਤ ਸਾਰੇ ਕਾਰਨ ਹੈ, ਜਿਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਕਾਮਨ ਕਾਰਨ ਹੈ ਰੂਮੇਟਾਇਡ ਆਰਥਰਾਈਟਿਸ, ਜਾਂ ਜਿਹਨੂੰ ਆਪਾਂ ਪੰਜਾਬੀ ਭਾਸ਼ਾ 'ਚ ਗੰਠੀਆਂ ਕਹਿ ਦਿੰਦੇ ਹਾਂ। ਉਹ ਯੰਗ ਏਜ ਦੇ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ। ਮਰੀਜ਼ ਥੋੜੇ ਸਾਲਾਂ ਦੇ ਵਿੱਚ ਜਿਹੜਾ ਨਾ ਉਹ ਇੱਕ ਤਰ੍ਹਾਂ ਨਾਲ ਅਪਾਹਜ ਹੋ ਜਾਂਦਾ, ਜਿਹੜਾ ਉਹਨੂੰ ਮੁਸ਼ਕਲ ਆਉਂਦੀ ਹੈ ਤੁਰਨ ਫਿਰਨ ਦੇ ਵਿੱਚ। ਰੂਮੇਟਾਇਡ ਤੋਂ ਇਲਾਵਾ ਜਾਂ ਗੰਠੀਏ ਤੋਂ ਇਲਾਵਾ ਗਾਊਟ ਇੱਕ ਬਿਮਾਰੀ ਤੁਸੀਂ ਸੁਣੀ ਹੋਣੀ ਹੈ, ਗਾਊਟ ਦੇ ਨਾਲ ਵੀ ਆਰਥਰਾਈਟਿਸ ਹੋ ਜਾਂਦਾ ਹੈ। ਲਿਊਪਸ ਇੱਕ ਹੋਰ ਬਿਮਾਰੀ ਹੈ ਜਿਹਦੇ ਨਾਲ ਆਰਥਰਾਈਟਿਸ ਹੋ ਜਾਂਦਾ। ਸੋ ਮਲਟੀਪਲ ਕਾਰਨ ਹੁੰਦੇ ਆ। ਔਰ ਅੱਜ ਆਰਥਰਾਈਟਿਸ ਡੇ ਦਾ ਜਿਹੜਾ ਮੇਨ ਮਕਸਦ ਹੈ ਉਹ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ, ਸਾਰੀ ਹਿਊਮੈਨਿਟੀ ਨੂੰ ਅਵੇਅਰ ਕਰਾਉਣਾ ਕਿ ਆਰਥਰਾਈਟਿਸ ਕੀ ਹੁੰਦਾ ਹੈ, ਇਸ ਤੋਂ ਕਿਸ ਤਰ੍ਹਾਂ ਬਚਣਾ ਔਰ ਇਹਦੇ ਇਲਾਜ ਕੀ ਹੁੰਦੇ। ਸੋ ਮੇਨ ਥੀਮ ਜਿਹੜਾ ਅੱਜ ਦੀ ਵਰਲਡ ਆਰਥਰਾਈਟਿਸ ਡੇ ਦਾ ਉਹ ਹੈਗਾ ਇਨਫੋਰਮਡ ਚੁਆਇਸਿਸ ਐਂਡ ਬੈਟਰ ਆਊਟਕਮ, ਵੀ ਆਰਥਰਾਈਟਿਸ ਬਿਮਾਰੀ ਕੀ ਹੈ ਔਰ ਇਹਦੇ ਇਲਾਜ ਜਿਹੜੇ ਨੇ ਉਹਦੇ ਵਿੱਚ ਕੀ ਚੁਆਇਸ ਹੈ। ਦੈਟ ਇਜ਼ ਦਾ ਮੋਟਿਵ ਆਫ ਟੂਡੇਜ਼ ਵਰਲਡ ਆਰਥਰਾਈਟਿਸ ਡੇ। ਥੈਂਕ ਯੂ ਸੋ ਮਚ।